ਅਲਹਮਦੁਲਿਲਾ ਜੀ। ਕਿਆ ਹਾਲ ਚਾਲ ਨੇ? ਤਬੀਅਤ ਠੀਕ ਹੈ? ਉਮੀਦ ਹੈ ਖੈਰ ਖੇਤ ਨਸੋ ਤੇ ਅੱਜ ਮਜ਼ਦਾਰ ਦੇ ਨਾਲ ਨਾ ਕਰਨ ਦੇ ਪਿਆ ਸ਼ੁਰ। ਵੈਲਕਮ ਟੂ ਬੈਕ ਮਾਈ ਨਿਊ ਵਲੌਗ। ਤਕਰੀਬਨ ਜੀ ਟਾਈਮ ਸੁਬਹ ਸੁਬਹ ਦਾ ਔਰ ਗੁੱਡ ਮਾਰਨਿੰਗ। ਅਤੇ ਮੈਂ ਅੱਜ ਆ ਰਿਹਾ ਤਕਰੀਬਨ ਜਿਹੜਾ ਨਾਈ ਹੈ ਨਾ ਉਹਦਾ ਪਤਾ ਕਰਨ। ਅੱਜ ਪਕਾਉਂਦੇ ਹਾਂ ਜੀ ਲੰਗਰ ਸ਼ਿੰਗਰ। ਮੈਂ ਕਿਹਾ ਜਿਹੜਾ ਲੰਗਰ ਹੈ ਨਾ ਹੋ ਜਾਵੇ ਤਾਂ ਕੰਮ ਚੰਗਾ, ਜੇ ਲੰਗਰ ਨਾ ਹੋਇਆ ਤਾਂ ਫਿਰ ਜਿਹੜਾ ਕੰਮ ਹੈ ਨਾ ਬੜਾ ਖਰਾਬ ਹੋ ਜਾਣਾ। ਅੱਜ ਅੱਲਾ ਦੇ ਰਾਜਨ ਕਰ ਦਈਏ ਡਿਗਰੀ। ਇਹਨਾਂ ਕੋਲ ਨੰਬਰ ਹੋਣਾ ਨਾਈ ਦਾ, ਪੁੱਛਣਾ ਹੈਗਾ ਵੀ ਨਾਈ ਦਾ ਨੰਬਰ ਹੈ ਜਾਂ ਨਹੀਂ ਹੈ। ਇੱਧਰ ਜਿਹੜਾ ਗੰਦ ਹੈ ਨਾ ਖਤਮ ਹੋਣ ਲੱਗਾ, ਸਾਰਾ ਜਿਹੜਾ ਚੱਕੀ ਜਾਂਦੇ ਨੇ। ਕੋਈ ਮਤਲਬ ਚੰਗਾ ਮੈਂ ਤਾਂ ਕਹਿੰਦਾ ਸਾਰੇ ਖਤਮ ਕਰ ਦੇ। ਇੱਧਰੋਂ ਜਿਹੜਾ ਲਾਜ਼ਮ ਚੁੱਕਾਨੇ ਆ, ਕਿਉਂਕਿ ਤਕਰੀਬਨ ਜਿਹੜਾ ਪਰੋਂ ਚੱਕਦਾ ਪਿਆ ਇਹਨੂੰ ਕਹਿੰਦੇ ਵੀ ਇੱਧਰੋਂ ਚੱਕ ਪਹਿਲੇ, ਉਸ ਤੋਂ ਬਾਅਦ ਇਹਨਾਂ ਪਰਲੀ ਸਾਈਡ ਚੱਕੀ। ਜਲਦੀ ਕਰ ਮਿੰਟ ਮਾਰ ਕਿਤੇ ਕਰਨੀ ਇੱਕ। ਕਾਲ ਕਰ ਲਈਏ ਉਹ ਜਿਹੜਾ ਤਕਰੀਬਨ 4 ਵਜੇ ਜਿੰਨਾ ਆ ਜਾਵੇਗਾ, ਅਤੇ ਪਹਿਲੇ ਜਿੰਨਾ ਮੈਂ ਸਾਰਾ ਜਿੰਨਾ ਉਹਦੇ ਲਈ ਰਾਸ਼ਨ ਵਗੈਰਾ ਜਿੰਨਾ ਲੈ ਕੇ ਆ ਜਾਵਾਂ। ਅੰਮੀ ਜਾਨ ਜਾ ਕੇ ਰਜਿਸਟਰ ਵੇਖਣੇ ਵੀ ਅੰਮੀ ਜਾਨ ਕੀ ਕਰਦੀ ਪਈ ਹੈ। ਅੰਮੀ ਹੈ ਮਾਮਾ ਜਾਨ ਕਿਆ ਕਰ ਰਹੇ ਹੋ ਯਾਰ? ਅੱਛਾ ਪਹਿਲੇ ਤਾਂ ਬਾਈ ਪਾਣੀ ਬਰਿੰਦਾ ਪਿਆ, ਪਾਣੀ ਭਰਿਆ ਸੀ, ਬਰਤਨ ਰੱਖੇ ਸੀ ਸਾਫ਼ ਕਰਨੇ ਸੀ। ਅੱਜ ਅੰਮੀ ਜਾਨ ਮੈਂ ਨਾਈ ਨੂੰ ਕਹਿ ਆਇਆ, ਉਹਨੇ ਕਿਹਾ ਕਿ ਮੈਂ ਆ ਜਾਵਾਂਗਾ, ਟੈਨਸ਼ਨ ਨਾ ਲਓ। 4 ਵਜੇ ਟਾਈਮ ਦਿੱਤਾ ਸਹੀ ਹੈ? ਨਹੀਂ 4 ਵਜੇ ਹੋਰ ਕੀ, 4 ਵਜੇ ਉਸੇ ਤੇ ਪਕਸੀ ਕੇ ਸਿਰ ਤੇ ਵਰਤੀ ਸੀ ਕਿ। ਮੇਰੀ ਗੱਲ ਸੁਣੋ ਇੱਕ ਮਿੰਟ, 4 ਵਜੇ ਆਵੇਗਾ, 5 ਵਜੇ ਡੇਗ ਤਿਆਰ ਹੋ ਜਾਣੀ? ਨਹੀਂ ਲੈ ਵੇਖ, 15 ਮਿੰਟ ਡੇਗ ਤਿਆਰ ਹੋ ਜਾਂਦੀ ਪੁਲਾਓ ਦੀ। ਉਹ ਜ਼ਰਦਾ ਟਾਈਮ ਲੈਂਦਾ ਪੁਲਾਓ, ਟਾਈਮ ਨਹੀਂ ਲੈਂਦਾ ਕੋਈ ਵੀ, ਟਾਈਮ ਤਾਂ ਨਹੀਂ ਲੈਂਦਾ। ਹਾਂਜੀ ਤੂੰ ਉਹਨੂੰ ਆਖਿਆ ਵੀ 3 ਵਜੇ ਆ ਜਾ, ਨਹੀਂ ਤਾਂ ਉਸ 4 ਵਜੇ ਨਹੀਂ, 4 ਵਜੇ ਟਾਈਮ ਤਾਂ ਉਸ ਤਕਰੀਬਨ ਪਹਿਲੇ ਆ ਜਾਵੇ, ਕੋਈ ਮਸਲਾ ਨਹੀਂ। ਮੈਂ ਕਾਲ ਵੀ ਕੀਤੀ ਹੈ ਹੁਣ, ਜਿਹੜੀ ਗਵਾਂਢੀ ਕਾਲ ਕਰਾ ਕੇ ਆਇਆ। ਹਾਂਜੀ ਉਹਨੇ ਕਿਹਾ ਵੀ 4 ਵਜੇ ਮੈਂ ਤੇਰੇ ਕੋਲ ਰਾਈਟ ਟਾਈਮ ਤੇਰੇ ਕੋਲ ਆਵਾਂਗਾ, ਅਤੇ 4 ਵਜੇ ਵੀ ਆ ਜਾ, 5 ਵਜੇ ਵੀ ਖਾਣਾ ਪੱਕੇ, 5 ਵਜੇ ਡਿਗਰ ਦੀ ਅਜ਼ਾਨ ਆਉਂਦੀ ਹੈ। 4 ਵਜੇ ਨਹੀਂ ਹੁੰਦੀ, 5 ਵਜੇ ਡਿਗਰ ਦੀ ਅਜ਼ਾਨ ਹੁੰਦੀ ਹੈ, ਅਤੇ ਕਰਦੇ ਕਰਦੇ 5 ਵਜੇ ਪਕਾਉਣ ਲੱਗਿਆ, ਅਤੇ ਤਕਰੀਬਨ ਫਿਰ ਜਾਣਾ ਸਾਰਾ ਇੱਕੋ ਜਿਹਾ ਕੰਮ ਸੈੱਟ ਹੋ ਜਾਣਾ। ਅਤੇ ਫਿਰ ਤੂੰ ਕਿਉਂ ਭੱਜਦੀ ਫਿਰਨੀ ਹੈ? ਜਲਦੀ ਜਲਦੀ ਕਾਰੋਬਾਰ ਕਰ, ਅੱਜ ਮੈਂ ਲੰਗਰ ਕਰਨ ਲੈਣਾ ਹੋਏਗਾ ਵਾ ਅਮੀ ਹੈ। ਬਸ ਇਹੋ ਦੁਆ ਕਿ ਅੱਲਾ ਤਾਲਾ ਨਾ ਕਬੂਲ ਕਰੇ, ਐਵੇਂ ਛੋਟਾ ਜਿਹਾ ਜਿਹੜਾ ਜ਼ਿਆਦਾ ਵੀ ਆਇਆ ਕੋਨਾ, ਜਿੰਨੀ ਪਾਵਰ ਅੱਲਾ ਤਾਲਾ ਦਿੱਤਾ ਉਹਨਾਂ ਕਰਤਾ। ਠੀਕ ਹੈ ਮਾਂ ਜੀ, ਸ਼ੁਕਰ ਗਣੀਆਂ ਪਾਵਰਾਂ ਨੂੰ। ਔਰ ਜਾਂਦੇ ਹੈਗੇ ਹਾਂ ਜਬੋਕੇ, ਕੁਛ ਜਿਹੜੀਆਂ ਚੀਜ਼ਾਂ ਵਗੈਰਾ ਜਿਹੜਾ ਲੈ ਕੇ ਆਉਂਦੇ ਹਾਂ, ਨਾ ਇਮਲੀ ਪਾਣੀ, ਨਾ ਕੋਈ ਚੀਜ਼ ਨਹੀਂ, ਸਿਰਫ ਔਰ ਸਿਰਫ ਹਰਾ ਮਸਾਲਾ ਅਤੇ ਘੀ, ਅਤੇ ਸਿਰਫ ਵਿੱਚ ਗੋਸ਼ਤ ਪਾ ਦੇਣਾ ਜਾਂ ਚਨੇ। ਚਲੋ ਠੀਕ ਹੈ, ਜੋ ਵੀ ਤੁਸੀਂ ਚੀਜ਼ ਕਹਿਣਾ ਉਹ ਪਾ ਦਿੰਦੇ। ਚਲੋ ਆਲੂ ਅਤੇ ਗੋਸ਼ਤ ਪਾ ਦਿੰਦੇ ਹਾਂ, ਗੋਸ਼ਤ ਪਾ ਦੇ, ਜਿਹੜੇ ਆਲੂ ਨਾ ਉਹਨਾਂ ਜ਼ਿਆਦਾ ਜ਼ਾਇਕਾ ਬਣ ਜਾਵੇਗਾ। ਆਲੂ ਅਤੇ ਗੋਸ਼ਤ ਦੋਵੇਂ? ਹਾਂ ਦੋਨੋਂ ਦੋਵੇਂ। ਯਾਨੀ ਕਿ ਇੱਕ ਮੇਰੀ ਮੇਰੀ ਗੱਲ ਸੁਣ, 2 ਕਿਲੋ ਗੋਸ਼ਤ ਹੋਵੇ, 3-4 ਕਿਲੋ ਆਲੂ ਹੋਣ, ਬਿਰਿਆਨੀ ਕਮਾਲ ਪੱਕੇ ਗੀ ਸਰ, ਹੈ ਛੋਟੇ ਛੋਟੇ ਆਲੂ ਕਰਾਂਗੇ, ਸਤਾਈ ਵਿੱਚ ਆਲੂ ਫੇਕ ਕੇ ਨਾਲ ਥੋੜ੍ਹਾ ਗੋਸ਼ਤ ਫੇਕ ਕੇ, ਆਏ ਹਾਏ ਹਾਏ, ਮੈਂ ਕਹਿੰਦਾ ਕਮਾਲ ਬਣ ਜਾਵੇਗੀ। ਹਾਂਜੀ ਹਰੀਆਂ ਮਿਰਚਾਂ ਦੜਾ ਲੈਣੀਆਂ ਨੇ ਜਾਂ ਦੂਸਰੀਆਂ ਪੀਸੀਆਂ? ਕਾਲ ਕੀਤੀ ਉਹਨੇ ਕਿਹਾ ਵੀ ਨਾ ਦੁਕਾਨ 'ਤੇ ਜਾਵੀਂ, ਅਤੇ ਉਹਨਾਂ ਨੂੰ ਕਿਹਾ ਕਿ ਆਵੀਂ ਵੀ ਨਾ ਮੈਨੂੰ ਦੇਗ ਦਾ ਸਮਾਨ ਬਣਾ ਕੇ ਦਿਓ। ਸਮਾਨ ਉਹ ਅਸੀਂ ਆਪੇ ਬਣਵਾ ਲਿਖਾਂਗੇ, ਅਸੀਂ ਨਾ ਹੀ ਮੰਗਰ ਭੁੱਲਾਂਗੇ। ਕਿਉਂ? ਨਾ ਹੀ ਤਾਂ ਲੈਣਾ ਨਾ ਦੂਆ ਮਸਾਲੇ ਤੇਜ਼, ਅਸੀਂ ਉਹ ਮਸਾਲੇ ਨਹੀਂ ਖਾਣੇ, ਚਲੋ ਬੜਾ ਮਸਾਲਾ ਠੀਕ ਹੋ ਗਿਆ। ਹਾਂ ਉਹ ਸਭ ਦਾ ਰਾਜ ਅਸੀਂ ਨੇ।
ਚਲੋ ਠੀਕ ਹੈ ਜੀ, ਆਪਣੀ ਜਿਹੜੀ ਰੂਟੀਨ ਨਾਲ ਸ਼ੁਰੂ ਕਰਨੇ ਆ ਤਕਰੀਬਨ ਜਿਹੜਾ ਉਹਦੀ ਜਿਹੜੀ ਵੀਡੀਓ ਨਾਲ ਦੂਸਰੀ ਆਵੇਗੀ ਇਨਸ਼ਾਅੱਲਾ, ਤੇ ਪਹਿਲੇ ਜਿਹੜਾ ਮੈਂ ਜਾਣਾ ਜੀ ਬਰਤਨ ਧੋਵੀ ਜੂ ਜਾਂ ਰਲ ਕੇ ਹਾਂਜੀ, ਇਹ ਮੇਰੀ ਡਿਊਟੀ ਹੈ, ਤੁਹਾਡਾ ਕੰਮ ਵੰਡਿਆ ਬਈ, ਕੰਮ ਵੰਡਿਆ ਹੋਇਆ, ਇਹ ਨਹੀਂ ਕਹਿਣਾ ਵੀ ਅੰਮੀ ਜਾਨ ਨੂੰ ਬਖਤੂ ਕੰਮ ਨਹੀਂ ਕਰਾਉਂਦਾ, ਫਲਾਣ ਨਹੀਂ ਕਰਾਉਂਦਾ, ਮੈਂ ਜੀ ਅੰਮੀ ਜਾਨ ਜਿਹੜਾ ਕੰਮ ਮੇਰਾ ਸਾਰਾ ਕਰਵਾਉਣਾ, ਤਕਰੀਬਨ ਜਿਹੜਾ ਅਸੀਂ ਕੰਮ ਵੰਡੇ ਹੋਣ ਸਾਰੇ। ਹਾਏ ਹੋਏ ਹਾਏ, ਮੈਂ ਜਾਂਦੀ ਵੀ ਜਾ ਕੇ ਰੋਟੀ ਰੋਟੀ ਪਕਾ ਸੀ ਜੇ ਖਾਣ ਖੁਣ ਖਸੀ ਯਾਰ, ਮੈਨੂੰ ਤਾਂ ਭੁੱਖ ਲਈ ਹਲੀ ਸੁਬਹ ਸੁਬਹ ਨਾਲ, ਕਿਉਂਕਿ ਉਧਰੋਂ ਆਇਆ ਸੌਂ ਗਿਆ ਅਤੇ ਤਕਰੀਬਨ ਉੱਠੀ ਜਾਈ ਕੋਈ ਹੈ। ਹਾਏ 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 ਹਾਏ, ਭੁੱਖ ਲੱਗੀ ਖਰੀ, ਜਲਦੀ ਜਲਦੀ ਕਰੋ ਤਕਰੀਬਨ। ਹੈ ਹਾਂਜੀ, ਅੱਛਾ ਜੀ, ਹਾਂਜੀ ਠੀਕ ਹੈ ਜੀ, ਪਿਛਲੇ ਟਾਈਮ ਦਾ ਖਾਣਾ ਨਾ ਪਕਾਇਆ ਜੀ, ਕਿਉਂਕਿ ਆਪਣੇ ਪਿਛਲੇ ਟਾਈਮ ਘਰ ਚਾਵਲ ਵਾਧੂ ਹੋ ਜਾਂਦੇ ਨੇ, ਅਤੇ ਚਾਵਲ ਪਿੰਡ ਵਾਲੀ ਦੁਕਾਨ 'ਤੇ ਲੈਣੇ ਨੇ ਜਾਂ ਉੱਥੋਂ ਜਿਬੋਕੇ ਲੈ ਕੇ ਆਉਣੇ ਨੇ? ਚਲੋ ਜੀ, ਪਿੰਡ ਵਾਲੀ ਦੁਕਾਨ ਜਿਹੜਾ ਚਾਵਲ ਬਿਲਕੁਲ ਨਹੀਂ, ਉਹਨੂੰ ਕਹਿੰਦੇ ਹਾਂ ਵੀ ਨਾ ਅਸੀਂ 10 ਕਿਲੋ ਇਕੱਠੇ ਲੈਣੇ ਨੇ, ਕੁਛ ਰੇਟ ਘੱਟ ਕਰ ਲਾ, ਤੇਰੇ ਘੀ ਵੀ ਲੈਣਾ, ਸਾਰਾ ਕੁਛ ਲੈਣਾ, ਅਤੇ ਫਿਰ ਜਾਣਾ ਜਿਬੋਕੇ ਜਾਵਾਂਗਾ, ਹਰਾ ਮਿਸਾਲ ਲੈ ਕੇ ਆ ਜਾਵਾਂਗਾ। ਠੀਕ ਹੋ ਗਿਆ ਮਾਂ ਜੀ, ਹਾਂਜੀ ਅੱਛਾ, ਹਾਂ ਕਹਿਣਾ ਤਾਂ ਵਾਲ ਜੇ ਨਾ ਵੱਡੇ ਵੱਡੇ ਬਰਤਨ ਦੇਖੋ, ਨਹੀਂ ਉਹਨਾਂ ਕੀ ਕਰਨਾ, ਕੋਈ ਮਸਲਾ ਨਹੀਂ, ਟੱਪ ਦਾ ਇੱਥੋਂ ਪਿੰਡ ਫਾੜ ਲਿਆ ਜੇ, ਐਵੇਂ ਹੁਣ ਉਹ ਜਬੋਕੇ ਜਾ ਕੇ ਤਾਂ ਲੈ ਲਓ ਜੇ, ਨਹੀਂ ਤਾਂ ਇੱਥੋਂ ਪਿੰਡੇ ਫਾੜ ਲਵਾਂਗੇ ਨਾ, ਪਿੰਡ ਟੱਪ ਹੀ ਕੋਲ ਰਹਿ ਗਏ, ਆ ਤਾਂ ਵੀ ਆ ਟੱਪ ਪੈ ਗਏ ਨੇ, ਪਿੰਡੇ 'ਚ ਕੋਈ ਪਕੜ ਰਿਹਾ, ਪਿੰਡ ਆਪਣਾ ਕੋਈ ਮਰਨਾ ਗਿਆ ਸਾਰਾ, ਐਂ ਤੁਸੀਂ ਕੀਤਾ ਬਾਈ ਨੇ ਆਪਣਾ ਸਾਰੇ ਫੌਤ ਹੋ ਗਿਆ, ਅਤੇ ਇੱਦਾਂ ਨਾ ਕੀਤਾ ਕਰੋ ਮੈਂ ਯਾਰ, ਕੁਛ ਨਾ ਕੁਛ ਜਿਹੜਾ ਪਿੰਡ ਚੀਜ਼ ਲੱਭ ਵੀ ਜਾਂਦੀ, ਹਾਂਜੀ ਅਤੇ ਮੈਂ ਜਿਹੜਾ ਹੁਣ ਜਾਂਦਾ ਇਨਸ਼ਾਅੱਲਾ, ਸੁਬਹਾ ਸੁਬਹਾ ਨਾ ਜਿਹੜਾ ਧੁੱਪ ਨਿਕਲੀ ਖਲੀ ਹੈ ਤਕਰੀਬਨ, ਕਾਫੀ ਸਾਰੀ ਇੱਧਰ ਜੀ ਨਿੰਮੀ ਨਿੰਮੀ ਪਿਆਰੀ ਪਿਆਰੀ ਹਵਾ ਹਵਾ, ਅੰਮੀ ਜਾਨ ਜਿਹੜਾ ਕੰਮ ਮੈਨੂੰ ਸਕੂਨ ਨਾ ਕਰਦੀ ਪਈ, ਸਾਬਣ ਘੱਟ ਲਾਇਆ ਕਰੋ, ਬਖਤੂ ਕਨਿਊਸ ਤਾਂ ਸਾਬਣ ਇਹਨਾਂ ਨੇ ਜ਼ਿਆਦਾ ਲਾਉਣਾ, ਠੀਕ ਹੈ, ਹਾਂ ਕਨਿਊਸ, ਮੈਂ ਕਨਿਊਸ ਬੰਦਾ, ਇੱਧਰ ਚੈੱਕ ਕਰੋ ਮਾਸ਼ਾਅੱਲਾ ਜੀ, ਅਤੇ ਇਹ ਚੈੱਕ ਕਰੋ ਬੌਖਰ ਦਾ ਕੰਮ, ਆ ਜਾਓ ਰਾਜਾ, ਆ ਜਾ 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 ਆ ਜਾ, ਲਓ ਜੀ ਇਹ ਬਣ ਗਿਆ ਜੀ ਸੌਂਫ ਵਗੈਰਾ, ਸੌਂਫ ਮੈਂ ਕੁਛ ਲੈਣੇ ਨੇ ਅਤੇ ਇਹ ਆਪਣੇ ਕੋਲ ਖਾਣਾ ਜੀ। ਨਾਦਰੀ ਪਹਿਲੇ ਮੈਂ ਕਿਹਾ ਕਿ ਜਿਹੜਾ ਡੇਗ ਚਾਹ ਕੇ ਲਿਆਵਾਂ, ਡੇਗ ਜਾਂ ਚਾਹ ਕੇ ਲਿਆਉਂਦੀ ਅਤੇ ਜਿਹੜਾ ਕੰਮ ਇਹਨਾਂ ਸੈੱਟ ਰਹਿ ਗਿਆ, ਸਟੈਪ ਲੈਵਲ 'ਚ ਰਹੂਗਾ, ਅਗਰ ਜੇ ਡੇਗ ਨਾ ਚਾਹ ਕੇ ਲਿਆਦੀ ਫਿਰ ਮੈਨੂੰ ਜਿਹੜਾ ਗਰਮੀ ਜਾਣਾ ਪੈਣਾ, ਗਰਮੀ ਤਬਾਹ ਉਹ ਬਰਬਾਦ ਹੋ ਕੇ ਜਾਣਾ ਪੈਣਾ ਬਾਈ, ਗਰਮੀ ਇੱਕ ਹਕੀਰ ਦੀ ਹੈ, ਸੁਬਹ ਸੁਬਹ ਨਾਲ ਟੁੰਦੇ ਫਿਰਦੇ ਹਾਂ ਨਾ ਤਾਂ ਵੀ ਜਿਹੜਾ ਪਸੀਨਾ ਹੈ ਨਾ ਉਹ ਆ ਜਾਂਦਾ, ਹਾਏ ਹਾਏ, ਸੁਬਹ ਸੁਬਹ ਨਾਲ ਵਿਹਲੇ ਬੰਦੇ ਨੇ, ਬਦਮਾਸ਼ ਤੂੰ, ਬਦਮਾਸ਼ ਬਈ, ਡਰ ਰੱਖਦੇ ਬੰਦੇ ਤੂੰ ਬਈ, ਡਾਕੂ ਬੰਦਾ ਐਵੇਂ ਕਿਤੇ ਆਪਾਂ ਨੂੰ ਸਿੱਧਾ ਹੁੰਦਾ ਨਾ ਜੀ, ਮੇਰੇ ਚਾਚੇ ਕਹਿ ਉਹਨੇ ਇਹਦੇ ਜੇ ਨਾਲ ਚਾਹਣੀ ਪੈਣੀ ਹੈ ਅਤੇ ਲੈਗ ਗਾਰ ਜਾਣੀ ਪੈਣੀ ਹੈ, ਚਲੋ ਜੀ ਹੁਣ ਜੇ ਡੇਗ ਚੱਲਣੇ ਜਾ ਕੇ, ਡੇਗ ਕੋ ਨਹੀਂ ਪਈ ਅਗਾ ਪਈ ਹੋਰ ਗਾਰ ਹੈ, ਕਿਉਂਕਿ ਉਹਨਾਂ ਜਿਹੜਾ ਪਕਾਉਣ ਵਾਸਤੇ ਲੈ ਗਏ ਸਨ ਅਤੇ ਉਹਦੇ ਹੀ ਪਈ ਕਰ ਰਹੇ ਜਿਹੜਾ ਚਾਹ ਕੇ ਕੋ ਨਹੀਂ ਗਾਰ ਲਿਆ, ਅਤੇ ਇਸ ਵਜ੍ਹਾ ਨਾਲ ਫਿਰ ਮੈਂ ਉੱਧਰ ਜਾਂਦਾ ਅਤੇ ਉਦੋਂ ਜੇ ਡੇਗ ਚਾਹ ਕੇ ਅਤੇ ਮੁੜ ਕਰ ਜਾਂਦਾ। ਅਲਹਮਦੁਲਿਲਾ ਜੀ, ਅਲਹਮਦੁਲਿਲਾ ਜੀ, ਲਾਲੀਆਂ ਵਿੱਚ ਵੜ ਗਈਆਂ ਨਹੀਂ ਹੈ, ਵਿੱਚ ਨਵੀਂ ਨਵੀਂ ਤਾਜ਼ੀ ਤਾਜ਼ੀ ਗਰੋੜੀ ਹੈ, ਹਾਏ ਹਾਏ ਹਾਏ, ਬਿਲਕੁਲ ਬੇਕਾਰ ਜੀ ਹੈ, ਜਾਨਵਰਾਂ ਦੀ ਖਾਣ ਵਾਲੀ ਹੈ। ਇਹਦੇ ਵਿੱਚ ਪਾਉਂਦੇ ਹਾਂ ਕੁਛ ਪਾਣੀ, ਪਹਿਲੇ ਪੱਕਣੇ ਹਾਂ ਡੇਗੀ ਜਿਹੜੀ ਹੈ ਨਾ, ਥੱਲੇ ਚਾਵਲ ਸੜੇ ਹੋਣ ਨਾ ਉਹ ਥੋੜ੍ਹੀ ਜਿਹੀ ਉਗਲ ਜਾਵਣ,
ਪਾਣੀ ਬਿਲਕੁਲ ਪਾਵਾਂਗੇ ਇਹਦੇ ਸਾਫ, ਖਰਾਬ ਪਾਣੀ ਨਹੀਂ ਪਾਉਣਾ। ਇੱਧਰ ਦੇਖਿਆ ਜੀ ਵਿੱਚ ਪਤਾ ਨਹੀਂ ਕੀ ਫਿਰਦਾ, ਇਹ ਦੇਖੋ ਇਹ ਹੁਣ ਜੇ ਨਾ ਕੁਛ ਚੰਦ ਮਿੰਟ ਜੇ ਨਾ ਚੰਦ ਘੰਟੇ ਪਈ ਰਹਿਣੀ, ਕਿਉਂਕਿ 4 ਵਜੇ ਪੱਕਣੀ ਹੈ, ਉਹਨਾਂ ਤੱਕ ਪਹਿਲੇ ਪਈ ਰਹਿਣੀ ਹੋਰ ਪਾਣੀ ਪਾਣੀ ਦੇ ਬੱਚੇ ਕਾਂ ਕਾਂ ਹੀ ਕਰਨੀ ਆਉਂਦੀ ਹੈ, ਇਹ ਫਿਰਦੇ ਹਨ ਚਿੜੀਆਂ, ਔਰ ਚਿੜੀਆਂ ਦੇ ਬੱਚੇ ਜਿਹੜਾ ਚੀ ਚੀ ਕਰਦੇ ਫਿਰਦੇ, ਮੈਂ ਜਦੋਂ ਦੇਖਣਾ ਮੈਨੂੰ ਹਾਸਾ ਆਉਂਦਾ ਇਹ ਕੀ ਕਰਦੇ ਫਿਰਦੇ ਨੇ। ਤੁਸੀਂ ਬਈ ਬਾਅਦ ਆ ਜਾਓ, ਹੁਣ ਇਹਦੇ ਚੀਜ਼ ਕੋਣੀ ਹੈਗੀ, ਜਦੋਂ ਫਿਰ ਖਾਣਾ ਜੇ ਨਿਆ ਪੱਕਿਆ ਉਦੋਂ ਫਿਰ ਜਿਹੜੀ ਇਹਦੇ 'ਚ ਹਰ ਚੀਜ਼ ਅਲਾਓ ਹੋ ਜਾਵੇਗੀ, ਅਜੇ ਤੱਕ ਸਿਰਫ ਖਾਲੀ ਪਾਣੀ ਨਹੀਂ। ਇਹ ਜੀ ਇਮਰਾਨ ਵਾਜੀਦਾ, ਚੰਗਾ ਬਈ ਡਿੱਗਾ ਤਾਂ ਵੀ ਬਈ ਚੜਿਆ ਵੀ ਅੱਜ ਜੀ, ਕਿੱਡੀਆਂ ਪਿਆਰੀਆਂ ਰੋਟੀਆਂ ਪੱਕ ਕੇ ਆ ਗਈਆਂ ਨੇ, ਅੰਮਾ ਸਾਹਿਬ ਪਕਾ ਕੇ ਲੈ ਆਈ, ਹਾਏ 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 ਕਿੱਡੀ ਸੋਹਣੀ ਆ, ਪੱਤੀਆਂ ਨੇ ਹੱਥ ਵੀ ਸਾੜ ਗਿਆ ਵਿਖਾਉਣ ਲੱਗਿਆ। ਕੱਲ੍ਹ ਦੀ ਲੱਸੀ ਅਜੇ ਤਾਂ ਪੀਂਦੇ ਪਏ, ਮਾਸ਼ਾਅੱਲਾ ਚਾਟੀ ਦੀ ਲੱਸੀ ਹੈ, ਇੱਕ ਗਲਾਸ ਜਿਹੜਾ ਨਾ ਫੁੱਲ ਕਰਕੇ ਪੀਤਾ, ਔਰ ਇੱਧਰ ਜੀ ਆਏ ਮਹਿਮਾਨ, ਇਹ ਯਾਨੀ ਕਿ ਸਾਡੇ ਜਣਾ ਪਿੰਡ ਯਾਨੀ ਕਿ ਦੂਸਰਾ ਪਿੰਡ ਹੈ ਬੀਪੁਰ, ਉੱਥੋਂ ਆਏ ਨੇ ਔਰ ਸਾਡੇ ਜਣਾ ਗਵਾਡ ਮੁੰਜੀ ਲਾ ਰਹੇ ਨੇ, ਇਹਨਾਂ ਦਾ ਵਾਲਾ ਦਿਨ ਮੁੰਜੀ ਲਾ ਰਿਹਾ, ਅਤੇ ਇਹ ਜਿਹੜਾ ਸਾਡੇ ਲਿਆ ਕੇ ਨੱਗਿਆ ਬੱਚੇ ਹੈਗੇ ਨੇ ਅਤੇ ਸਾਨੂੰ ਹਵਾ 'ਤੇ ਬੈਠਦੇ। ਮੈਂ ਕਿਹਾ ਠੀਕ ਹੈ ਨੌਕਰ ਕੀ ਕਿ ਨਖਰਾ ਕੀ, ਅੱਲਾਹ ਤਾਲਾ ਦੀ ਹਵਾ, ਅੱਲਾਹ ਤਾਲਾ ਨੇ ਪੱਕਾ ਦਿੱਤਾ, ਅੱਲਾਹ ਤਾਲਾ ਨੇ ਬੱਤੀ ਦਿੱਤੀ, ਔਰ ਅੱਲਾਹ ਤਾਲਾ ਨੇ ਸਾਰਾ ਕੁਝ ਜਿਹੜਾ ਨਿਜ਼ਾਮ ਹੈ ਸਾਡੇ ਜ਼ਿਹਨ 'ਚ ਲੈਂਦਾ ਸੀ ਅਗਰ ਸੋਚਿਆ, ਇੱਥੇ ਜਿਹੜਾ ਪੱਖੇ 'ਤੇ ਬੈਠਣ ਸਕੂਨ ਨਾਲ ਆਰਾਮ ਨਾਲ, ਕੁਛ ਰੋਟੀ ਰੋਟੀ ਖਾਣੀ ਦੱਸ ਨਹੀਂ, ਤੂੰ ਪਾਣੀ ਪੂਣੀ ਪੀਣਾ ਦੱਸ, ਕੋਈ ਰੌਲਾ ਨਹੀਂ, ਤੂੰ ਸਾਡੇ ਮਹਿਮਾਨ ਹੋ, ਔਰ ਇਹ ਛੋਟਾ ਜਿਹਾ ਮਹਿਮਾਨ ਯਾਨੀ ਕਿ ਇੱਕ ਬੇਬੀ ਨਿਊ, ਇਹ ਵੀ ਸਾਡੇ ਘਰ ਜਿੰਨਾ ਆਰਾਮ ਸਕੂਨ ਨਾਲ ਪਏ ਨੇ ਲੰਮੇ ਹੋ ਕੇ ਸਕੂਨ ਨਾਲ, ਅਤੇ ਤਕਰੀਬਨ ਜੀ ਇਸ ਵਿਲਾਗ ਦਾ ਕਰਨੇ ਇੱਥੇ ਐਂਡ, ਅਤੇ ਨੈਕਸਟ ਵਿਲਾਗ ਮਿਲਾਂਗੇ ਕਿਸੇ ਸੇ ਵਿਲਾਗ ਕਰ, ਆਪ ਬਹਿਰ ਭਾਈਓ ਕੇ ਲੀਏ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ, ਬਖਤੂਰ ਦੁਆਵਾਂ 'ਚ ਜ਼ਰੂਰ ਯਾਦ ਰੱਖਣਾ, ਤਾਂ ਦਰਦ ਕਰੀਏ ਅੱਲਾ ਹਾਫਿਜ਼।